ਦੇਖਿਆ ਹੋਏਗਾ ਕਿ ਪੀਰ ਥਾਂ ਥਾਂ ਬੈਠੇ ਹੋਏ ਨੇ ਤੇ ਇੱਕ ਬੰਦਾ ਪੀਰਾਂ ਦੀ ਗੱਲ ਸੁਣ ਕੇ ਇਹਨਾਂ ਭਰਾਵਾਂ ਨਾਲ ਅਣਬਣ ਹੋ ਗਈ ਤੇ ਉਹਦਾ ਇਰਾਦਾ ਇਹ ਬਣਿਆ ਵੀ ਮੈਂ ਵੀ ਗਏ ਪੀਰ ਕੋ ਜਾਵਾਂ ਤੇ ਜਾ ਕੇ ਉਹਦੇ ਕੋਲ ਮਸ਼ਵਰਾ ਲਵਾਂ ਤੋ ਮੈਂ ਆਪਣੇ ਤੇ ਲਿਖੀ ਹੈ ਜੀ ਕਿ ਮੇਰੀ ਅਣਬਣ ਹੋ ਗਈ ਵੀਰਾਂ ਨਾਲ ਮੈਨੂੰ ਕੰਮ ਪੈ ਗਿਆ ਪੀਰਾਂ ਨਾਲ ਮੇਰੀ ਅਣਬਣ ਹੋ ਗਈ ਵੀਰਾਂ ਨਾਲ ਮੈਨੂੰ ਕੰਮ ਪੈ ਗਿਆ ਪੀਰਾਂ ਨਾਲ ਮੈਂ ਇਹਦੇ ਚਲਦੀ ਚਲਦੀ ਤੇ ਰੋਕ ਕੇ ਦੱਸਾਂ ਵੀ ਮੇਰੇ ਮੁਰਸ਼ਦ ਜਨਾਬ ਹਾਜੀ ਸਾਹਿਬ ਦੇ ਪੀਰ ਪੀਰ ਮੁਸਫਾ ਸਾਹਿਬ ਉਹਨਾਂ ਨੂੰ ਮੈਂ ਸੁਣਾਇਆ ਮੈਂ ਬਾਬਾ ਜੀ ਮੈਂ ਇੱਕ ਚੀਜ਼ ਲਿਖੀ ਹੈ ਜੇ ਕਹੋ ਤੇ ਸੁਣਾਵਾਂ ਕਹਿੰਦੇ ਸੁਣਾ ਉਹਨਾਂ ਨੂੰ ਮੈਂ ਸੁਣਾਈ ਸੁਣ ਕੇ ਬਹੁਤ ਖੁਸ਼ ਹੋਏ ਕਹਿਣ ਲੱਗੇ ਯਾਰ ਵਾਕਈ ਅੱਜ ਕੱਲ੍ਹ ਇੱਦਾਂ ਹੀ ਹੋਣ ਲਈ ਹੈ ਵੈਸੇ ਕਿ ਮੇਰੀ ਅਣਬਣ ਹੋ ਗਈ ਵੀਰਾਂ ਨਾਲ ਮੈਨੂੰ ਕੰਮ ਪੈ ਗਿਆ ਪੀਰਾਂ ਨਾਲ ਮੈਂ ਘਰ ਅਤਬਾਰ ਜ਼ਨਾਨੇ ਤੇ ਤੁਰ ਗਿਆ ਉਹਦੇ ਪੀਰਖਾਨੇ ਤੇ ਉਹਨੂੰ ਉੱਚੀ ਦਿਨੀ ਸਲਾਮ ਕਿਹਾ ਬਾਬੇ ਨੇ ਉਹਨੂੰ ਪਛਾਣ ਕਿਹਾ ਥੋੜਾ ਜਿਹਾ ਬੱਚਾ ਅੱਗੇ ਆ ਮੇਰੇ ਹੱਥਾਂ ਦੇ ਵਿੱਚ ਹੱਥ ਫੜਾ ਮੇਰਾ ਵੇਖ ਕੇ ਨਿਕਲਿਆ ਹਾਸਾ ਜੀ ਮੈਂ ਬਹਿ ਗਿਆ ਹੋ ਕਵਾਸਾ ਜੀ ਉੱਥੇ ਵਿੱਚ ਭੰਡਾਰੇ ਚਾਹ ਸੀ ਬਾਬੇ ਨਾਲ ਪਿਸਟਲ ਸ਼ਾਹ ਸੀ ਉੱਥੇ ਵਿੱਚ ਭੰਡਾਰੇ ਚਾਹ ਸੀ ਬਾਬੇ ਨਾਲ ਪਿਸਟਲ ਸ਼ਾਹ ਸੀ ਉੱਥੋਂ ਬੋਲੀ ਫਿਰ ਇੱਕ ਮਾਈ ਜੀ ਮੈਂ ਦੂਰੋਂ ਚੱਲ ਕੇ ਆਈ ਜੀ ਇੱਥੋਂ ਫੈਜ਼ ਪਾਏ ਨੇ ਲੱਖ ਜੀ ਤੁਹਾਡੀ ਹਰਨੀ ਵਰਗੀ ਅੱਖ ਜੀ ਤੁਹਾਡੀ ਸ਼ੇਰਾਂ ਵਰਗੀ ਚਾਲ ਜੀ ਤੁਹਾਡੇ ਰੇਸ਼ਮ ਵਰਗੇ ਵਾਲ ਜੀ ਮੇਰੇ ਕੋਲ ਹੈ ਇੱਕੋ ਬਾਲ ਜੀ ਮੈਂ ਲੈ ਕੇ ਆਈ ਹਾਂ ਨਾਲ ਜੀ ਇੱਕ ਪੁੱਤਰ ਵਿਹੜੇ ਥੋੜਾ ਹੈ ਮੈਂ ਲੈਣਾ ਤਾਥੋਂ ਜੋੜਾ ਹੈ ਇਹ ਕੰਮ ਕਰ ਦੇਵੋ ਸਾਡਾ ਜੀ ਮੇਲੇ ਤੇ ਬੱਕਰਾ ਤੁਹਾਡਾ ਜੀ ਉਹ ਕਹਿੰਦਾ ਮੈਂ ਸੁਣ ਲਈ ਤੁਹਾਡੀ ਗੱਲ ਬੱਚਾ ਅੱਜ ਜਾਵੋ ਆਉਣਾ ਕੱਲ੍ਹ ਬੱਚਾ ਮੈਂ ਸੁਣ ਲਈ ਤੁਹਾਡੀ ਗੱਲ ਬੱਚਾ ਅੱਜ ਜਾਵੋ ਆਉਣਾ ਕੱਲ੍ਹ ਬੱਚਾ ਮੈਂ ਆਈ ਬੈਠੀ ਹਾਂ ਪੀਰ ਜੀ ਨੇ ਮਿੱਠੀ ਲਿਆਈਆਂ ਖੀਰ ਜੀ ਜਿਹਨੇ ਰਾਂਝਾ ਲਿਆ ਸੀ ਤੁਹਾਡੇ ਤੋਂ ਮੈਂ ਉਹ ਹੀ ਹੀਰ ਜੀ ਫਸੀ ਵਿੱਚ ਸਿਕੰਜੇ ਜਾਨ ਮੇਰੀ ਹਲੇ ਰਹਿੰਦੀ ਇੱਕ ਨਣਾਨ ਮੇਰੀ ਕੋਈ ਕਰੋ ਤਵੀਜ਼ ਜਾਂ ਗੰਢਾ ਜੀ ਮੇਰੀ ਸੱਸ ਦਾ ਕੱਢ ਦਿਓ ਕੰਢਾ ਜੀ ਕੋਈ ਮੰਤਰ ਪੜੋ ਹੰਡਾਡਾ ਜੀ ਮੈਂ ਪਾਣੀ ਭਰਾਂਗੀ ਤੁਹਾਡਾ ਜੀ ਕਹਿੰਦਾ ਸੁਣ ਗੱਲ ਸੁਣ ਲਈ ਬੱਚਾ ਸਾਰੀ ਹੈ ਅੱਜ ਜਾਓ ਅੱਜ ਬੰਦਿਆਂ ਦੀ ਵਾਰੀ ਗੱਲ ਸੁਣ ਲਈ ਬੱਚਾ ਸਾਰੀ ਹੈ ਅੱਜ ਜਾਓ ਅੱਜ ਬੰਦਿਆਂ ਦੀ ਵਾਰੀ ਹੈ ਉੱਥੋਂ ਮੁੰਡਾ ਫਿਰ ਇੱਕ ਬੋਲਿਆ ਉਹਨੇ ਭੇਜ ਜੋ ਦਿਲ ਦਾ ਖੋਲਿਆ ਮੇਰੇ ਦਿਲ ਦੀ ਸੁਣੋ ਪੁਕਾਰ ਜੀ ਮੈਨੂੰ ਸੱਚਾ ਹੋ ਗਿਆ ਪਿਆਰ ਜੀ ਤੁਹਾਨੂੰ ਲੋਕੀ ਕਹਿਣ ਸਰਕਾਰ ਜੀ ਮੇਰੀ ਬੇੜੀ ਕਰ ਦਿਓ ਪਾਰ ਜੀ ਉਹਦੀ ਮਾਂ ਨਾਲੇ ਉਹਦਾ ਨਾਂ ਦੱਸਣਾ ਉਹਦਾ ਪਤਾ ਟਿਕਾਣਾ ਥਾਂ ਦੱਸਣਾ ਜੇ ਵਾਅਦਾ ਕਰੋ ਤੇ ਥਾਂ ਦੱਸਣਾ ਉਹ ਭੰਮੀਪੁਰ ਦੇ ਰਹਿਣ ਵਾਲੀ ਉਹ ਪੀਸੀ ਉੱਤੇ ਬਹਿਣ ਵਾਲੀ ਗੱਲ ਕੀਤੀ ਰੱਬ ਸਫੁਰਦੇ ਜੀ ਉਹਦੀ ਮਾਂ ਨਵਾਉਂਦੀ ਹੈ ਮੁਰਦੇ ਜੀ ਉਹ ਭੰਮੀਪੁਰ ਦੇ ਰਹਿਣ ਵਾਲੀ ਉਹ ਪੀਸੀ ਉੱਤੇ ਬਹਿਣ ਵਾਲੀ ਗੱਲ ਕੀਤੀ ਰੱਬ ਸਫੁਰਦੇ ਜੀ ਉਹਦੀ ਮਾਂ ਨਵਾਉਂਦੀ ਹੈ ਮੁਰਦੇ ਜੀ ਮੈਨੂੰ ਇਸੇ ਗੱਲ ਦਾ ਪਾਲਾ ਹੈ ਉਹਦਾ ਪਿਓ ਵੀ ਕਰਦਾ ਕਾਲਾ ਹੈ ਮੇਰੇ ਜੀਣ ਦਾ ਦੱਸ ਦਿਓ ਰਾਹ ਜੀ ਉਹਦੇ ਪਿਓ ਨਾਲ ਪਿਸਟਲ ਸ਼ਾਹ ਜੀ ਮੇਰਾ ਹੱਲ ਕਰੋ ਇਹ ਪਰਚਾ ਜੀ ਮੇਲੇ ਤੇ ਲੰਮਾ ਕਰਾਂਗਾ ਖਰਚਾ ਜੀ ਜ਼ੁਲਫੀ ਤੇ ਨਿਰਮਾ ਹੋਵਾਂਗੇ ਮੇਲੇ ਤੇ ਭਾਂਡੇ ਧੋਵਾਂਗੇ ਉਹ ਕਹਿੰਦਾ ਇਹਨੂੰ ਫੜ ਲਓ ਬੱਚਾ ਜਾਵੇ ਨਾ ਕਿਸੇ ਹੋਰ ਨੂੰ ਗੱਲ ਸੁਣਾਵੇ ਨਾ ਇਹਨੂੰ ਫੜ ਲਓ ਬੱਚਾ ਜਾਵੇ ਨਾ ਕਿਸੇ ਹੋਰ ਨੂੰ ਗੱਲ ਸੁਣਾਵੇ ਨਾ ਇਹਨੇ ਗੱਲ ਕੀਤੀ ਭਲਾ ਕੀ ਜੇ ਜਿਹਦਾ ਨਾਂ ਲੈਂਦਾ ਮੇਰੀ ਧੀ ਜੇ ਇਹਨੂੰ ਫੜ ਲਓ ਬੱਚਾ ਜਾਵੇ ਨਾ ਕਿਸੇ ਹੋਰ ਨੂੰ ਗੱਲ ਸੁਣਾਵੇ ਨਾ ਇਹਨੇ ਗੱਲ ਕੀਤੀ ਭਲਾ ਕੀ ਜੇ ਜਿਹਦਾ ਨਾਂ ਲੈਂਦਾ ਮੇਰੀ ਧੀ ਜੇ ਮੈਨੂੰ ਲੋਕਾਂ ਕੀਤਾ ਪੀਰ ਜੇ ਉਹ ਮੈਂ ਭੰਮੀਪੁਰ ਦਾ ਚੀਰ ਜੇ ਛੱਡ ਮਿਲਣਾ ਝੂਠੇ ਪੀਰਾਂ ਨਾਲ ਜਾਂ ਰਲ ਕੇ ਬਹਿ ਜਾ ਵੀਰਾਂ ਨਾਲ ਮੇਰੀ ਅਣਬਣ ਹੋ ਗਈ ਵੀਰਾਂ ਨਾਲ ਮੈਨੂੰ ਕੰਮ ਪੈ ਗਿਆ ਪੀਰਾਂ